واجي من دوت تسهيل دارني واجي من دوت تسهيل دارني ਦਰਸ਼ਕ ਤੁਹਾਨੂੰ ਪਤਾ ਲੱਗ ਮੈਂ ਕਿਹੜੀ ਮੂਵੀ ਦੀ ਗੱਲ ਕਰਦਾ ਪਿਆ ਮੈਂ ਗੱਲ ਕਰਦਾ ਮੈਂ ਮਿੰਦੋ ਤਹਿਸੀਲਦਾਰਨੀ ਦੀ ਅਗਲੇ ਦੀ ਗੱਲਬਾਤ ਹੈ ਮਿੰਦੋ ਨਾਲ ਤੇ ਜਾ ਮਿੰਦੋ ਤਹਿਸੀਲਦਾਰ ਨਾਲ ਵਿਆਹ ਕਰਾ ਰਿਆ ਮੇਰੇ ਪੁੱਤ ਦੀ ਮਿੰਦੋ ਤਹਿਸੀਲਦਾਰਨੀ ਨਾਲ ਗੱਲਬਾਤ ਓਏ ਚਾਚਾ ਆ ਬਾਪੂ ਖੁੱਲ ਗਿਆ ਪੜਿਆ ਲਿਖਿਆ ਬੰਦਾ ਆਪਦੀ ਘਰ ਵਾਲੀ ਵਿਆਹ ਤੋਂ ਪਹਿਲਾਂ ਦੇਖਦਾ ਮੈਂ ਵੀ ਦੇਖੂਗਾ ਅੱਜ ਦਿਨ ਸ਼ੁੱਕਰਵਾਰ ਤੇ ਬਹੁਤ ਹੀ ਵਧੀਆ ਮੂਵੀ ਲੱਗੀ ਹੈ ਮੈਨੂੰ ਤਹਿਸੀਲਦਾਰਨੀ ਜੇ ਆਪਾਂ ਜੀ ਸਟਾਰ ਕਾਸਟ ਦੀ ਗੱਲ ਕੀਤੀ ਤੇ ਜੀ ਰੋਲ ਨਿਭਾਉਂਦੇ ਪਏ ਨੇ ਕਮਲਜੀਤ ਅਨਮੋਲ ਰੁਪਿੰਦਰ ਰੂਪੀ ਮਲਕੀਤ ਰੋਨੀ ਰਾਜੀ ਜਵੰਦਾ ਇਸ਼ਕ ਅਰਕੀ ਕਵਿਤਾ ਕੌਸ਼ਿਕ ਸਮਝ ਨਹੀਂ ਆਉਂਦੀ ਕਿਹੜਾ ਨਖਰਾ ਸਲਾਮਾ ਜੇ ਮੇਰੇ ਸੁਪਨੇ ਚ ਆਉਂਦੀ ਹੈ ਨਾ ਤੂੰ ਜਮਾ ਉਹਦੇ ਵਰਗੀ ਦਰਦਾ ਤਾਂ ਜਿੱਦਾਂ ਦਰਿਆ ਵਗਦਾ ਨਹੀਂ ਤੇਰੇ ਉਹ ਖਰਜਾ ਖਰਜਾ ਜਨਾ ਬੈਠੀ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ ਦੇ ਉਹ ਮੇਰੇ ਹੁੰਦਿਆਂ ਕੋਈ ਚਲਾਕੀ ਨਹੀਂ ਕਰ ਸਕਦਾ ਬਹਿ ਜਾ ਹੁਣ ਆਰਾਮ ਨਾਲ ਆਹੋ ਇਹ ਮੂਵੀ ਡਾਇਰੈਕਟ ਕੀਤੀ ਗਈ ਹੈ ਅਵਤਾਰ ਸਿੰਘ ਵੱਲੋਂ ਤੇ ਅੱਜ ਆਪਾਂ ਦਸ਼ਮ ਪੂਜ ਮੂਵੀ ਕਿੱਦਾਂ ਲੱਗੀ ਐਂਟਰਟੇਨਮੈਂਟ ਫੁੱਲ ਠੀਕ ਹੀ ਕੁਛ ਖਾਸ ਨਹੀਂ ਬਟ ਕੁਡ ਹੈਵ ਬੀਨ ਬੈਟਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਮੈਂ ਕਹਿੰਦਾ ਐਂਡ ਮੂਵੀ ਆ ਮਜ਼ਾ ਆ ਗਿਆ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮ ਸਰ ਬਹੁਤ ਵਧੀਆ ਜੀ ਫੁੱਲ ਇੰਜੋਏ ਗਾਟਰ ਮੂਵੀ ਆ ਬਹੁਤ ਵਧੀਆ ਮੂਵੀ ਹੈ ਐਕਟਿੰਗ ਮੇਨ ਜਿਹੜਾ ਆਪਣਾ ਕਰਮਜੀਤ ਅਨਮੋਲ ਬਹੁਤ ਸੋਹਣੀ ਐਕਟਿੰਗ ਕੀਤੀ ਉਹਨੇ ਲੁੱਕ ਦੇ ਡਰਮ ਵਰਗੇ ਨਾਲ ਕੱਚ ਦੇ ਗਲਾਸ ਵਰਗੀ ਕਿਵੇਂ ਫਸ ਗਈ ਹੋਏ ਤੈਨੂੰ ਐਡਾ ਵੱਡਾ ਕੱਪ ਮਾਰਨ ਦੀ ਕੀ ਲੋੜ ਸੀ ਜੇ ਮਿੰਦੋ ਨੇ ਸਾਰੇ ਪਿੰਡ ਦੇ ਸਾਹਮਣੇ ਮੇਰਾ ਭਾਂਡਾ ਭੰਨਤਾ ਨਾ ਤਾਂ ਪਿੰਡ ਵਾਲਿਆਂ ਨੇ ਬੇਇੱਜ਼ਤੀ ਕਰ ਕਰੀ ਮਾਰ ਦੇਣਾ ਮੈਨੂੰ ਬਣਾਦਾ ਸ਼ਰੀਕ ਲੈ ਫਿਰ ਹੁਣ ਸ਼ਰੀਕ ਬਣ ਕੇ ਦਿਖਾਉ ਤਾਂ ਸ਼ਰੀਕ ਨੇ ਮੇਰੀਆਂ ਅੰਦਰਾਂ ਬਾਹਰ ਕਰਤੀਆਂ ਸਿੰਗ ਮਾਰ ਕੇ ਮਰ ਜਾ ਤੂੰ ਵੀ ਬੋਲ ਪੈ ਬੋਲਦਾ ਮੈਂ ਡਰਦਾ ਕਿਸੇ ਤੋਂ ਗੱਲ ਸੁਣ ਲੈ ਭਤੀਜਾ ਪੁੱਤ ਬਣ ਕੇ ਬਾਈ ਨੂੰ ਪਾ ਦੇ ਯਾਰ ਟੂ ਸਟਾਰਸ ਫਾਈਵ ਸਟਾਰ ਦੇਵਾਂਗੇ ਜੀ 10 ਪੰਜੋਂ ਚੱਲ 4 ਦੇ ਦੇ ਫਾਈਵ ਸਟਾਰ ਦੇਵਾਂਗੇ ਜੀ ਬਹੁਤ ਵਧੀਆ ਮੂਵੀ ਆ ਸਾਰੇ ਦੇਖਣ ਜਾਇਓ ਫਾਈਵ ਸਟਾਰ ਫਾਈਵ ਸਟਾਰ ਪੰਜ ਚੋਂ ਪੰਜ ਜੀ ਭਾਈ ਭਾਈ ਬਾਈ ਸਾਢੇ ਚਾਰ ਪੰਜ ਚੋਂ ਪੰਜ ਜੀ 2 ਪੂਰੇ ਪੂਰੇ ਹੀ 100 100 5 5 ਸੇਮ 5 4.5 5 ਆਫਟਰ 5 ਯਾਰ ਬਹੁਤ ਵਧੀਆ ਫੁੱਲ ਸਟਾਰ ਹੈ ਜੀ ਤੇ ਇੱਕ ਚੀਜ਼ ਹੋਰ ਮੈਂ ਦਰਸ਼ਕਾਂ ਵਾਸਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਇਸ ਚੈਨਲ ਨੂੰ ਥੈਂਕ ਯੂ ਸੋ ਮਚ